ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ। ਮਾਮਲਾ ਹੈ ਨਾਭਾ ਦਾ ਜਿੱਥੇ ਕਿ ਪਤੀ ਨੇ ਪਤਨੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਦੇ ਮੁਤਾਬਿਕ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਦੂਜਾ ਵਿਆਹ ਕਰਵਾ ਲਿਆ ਅਤੇ ਇਸ ਤੋਂ ਦੁਖੀ ਹੋ ਕੇ ਮ੍ਰਿਤਕ ਪਤੀ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿੰਨਾ ਕੁ ਮਾੜਾ ਹੋਇਆ ਤੇ ਬੱਚੇ ਕਿੱਡੇ ਛੋਟੇ ਸੀ? ਬਹੁਤ ਮਾੜਾ ਹੋਇਆ ਜੀ, ਜਿੰਨਾ ਕਹਿ ਤਾ ਉੱਡਾ ਹੀ ਜ਼ੁਲਮ ਹੋਇਆ ਜੀ, ਇਹ ਬਹੁਤ ਵੱਡਾ ਜ਼ੁਲਮ ਹੋਇਆ ਜੀ। ਬੱਚੇ ਨੇ ਜੀ, ਬੱਚਿਆਂ ਦੀ ਦੇਖਭਾਲ ਕੌਣ ਕਰੂ ਜੀ? ਕਿਹਦਾ ਕਸੂਰ? ਕਸੂਰ ਇਹਨਾਂ ਦੇ ਘਰ ਵਾਲੀ ਦਾ ਕਸੂਰ ਹੈ ਜੀ, ਉਹਦੀ ਮਾਂ ਅਤੇ ਉਹਦੀ ਮਾਂ ਅਤੇ ਇਹਦੇ ਘਰ ਵਾਲੀ ਦਾ ਅਤੇ ਇੱਕ ਜਿਹੜੇ ਬੰਦੇ ਨੇ ਉਹਦੇ ਨਾਲ ਵਿਆਹ ਕਰਾਇਆ ਜੀ, ਉਹ ਤਿੰਨਾਂ ਦਾ ਜ਼ਿਆਦਾ ਕਸੂਰ ਹੈ ਜੀ। ਪਿੰਡ ਵਾਲੇ ਮੰਗ ਕਰਦੇ ਨੇ ਇਨਸਾਫ਼ ਮਿਲੇ ਜੀ, ਇਹਨਾਂ ਨੂੰ ਬੱਚਿਆਂ ਨੂੰ ਇਨਸਾਫ਼ ਮਿਲੇ ਜੀ। ਇਹ ਆਪਦੇ ਤੀਵੀਂ ਤੋਂ ਤੰਗ ਆ ਕੇ ਜੀ ਇਹਨੇ ਅੱਜ ਗੋਲੀਆਂ ਖਾ ਲਈਆਂ ਜੀ, ਉਹਦੇ ਕਣਕ ਵਾਲੀਆਂ ਜੀ, ਅਤੇ ਅੱਜ ਸਵੇਰੇ ਉੱਥੇ ਨਗਟ ਗਿਆ ਜੀ, ਅਤੇ ਨਗਟ ਜਾਣ ਤੋਂ ਬਾਅਦ ਜੀ ਇਹਨੇ ਉਹਨਾਂ ਨੇ ਕੁੱਟਿਆ ਮਾਰਿਆ ਅਤੇ ਜਲੀਲ ਕੀਤਾ ਜੀ ਇਹਨੂੰ, ਇਹਨੇ ਆ ਕੇ ਗੋਲੀਆਂ ਖਾ ਲਈਆਂ ਜੀ। ਅਸੀਂ ਇੱਥੇ ਹੋਸਪਿਟਲ ਐਮਰਜੈਂਸੀ ਲਏ ਜੀ ਨਾਭੇ ਦੇ ਵਿੱਚ, ਇੱਥੋਂ ਸਾਨੂੰ ਰੈਫਰ ਕਰਤਾ ਜੀ ਪਟਿਆਲੇ, ਅਤੇ ਜਾਂਦੇ ਘਮਰੋਤੇ ਕੋਲ ਡੈੱਡ ਹੋ ਗਏ ਜੀ, ਅਤੇ ਉੱਥੋਂ ਅਸੀਂ ਵਾਪਸ ਲਏ ਜੀ। ਪੰਜ ਬੱਚੇ ਨੇ ਜੀ ਇਹਨਾਂ ਦੇ ਜੀ, ਅਤੇ ਉਹਦੇ ਵਿੱਚੋਂ ਚਾਰ ਲੜਕੀਆਂ ਨੇ ਜੀ, ਇੱਕ ਲੜਕਾ ਹੈ ਜੀ। ਹਾਂਜੀ, ਸਾਰੇ ਕੁਆਰੇ ਨੇ ਜੀ, ਛੋਟੇ ਛੋਟੇ ਨੇ ਜੀ। ਪਤਨੀ ਨਾਲ ਕੀ ਚੱਕਰ? ਪਤਨੀ ਨੂੰ ਇੱਕ ਸਾਲ ਹੋ ਗਿਆ ਜੀ ਗਈ ਨੂੰ ਜੀ, ਅਤੇ ਸਾਨੂੰ ਗੁੰਮਰਾਹ ਕਰਕੇ ਰੱਖਿਆ ਜੀ, ਮੈਂ ਵਿਆਹ ਨਹੀਂ ਕਰਵਾਇਆ ਜੀ, ਉਹਨੇ ਵਿਆਹ ਕਰਵਾਇਆ ਸੀ ਹੋਰ ਬੰਦੇ ਨਾਲ ਜੀ, ਉਹਦੀ ਮਾਂ ਦਾ ਹੱਥ ਵਿੱਚ ਹੈ ਜੀ ਸਾਰਾ, ਬਿਨਾਂ ਤਲਾਕ ਤੋਂ ਵਿਆਹ ਕਰਵਾਇਆ ਜੀ। ਅੱਜ ਵੀ ਕੁਛ ਉੱਥੇ ਕਾਫੀ ਕੁਛ ਹੋਇਆ? ਹਾਂਜੀ ਹਾਂਜੀ, ਅੱਜ ਉਹਦੇ ਉੱਥੇ ਹੋਇਆ ਜੀ, ਨਗਟੇ ਪਿੰਡ ਹੀ ਹੋਇਆ ਜੀ। ਹਾਂਜੀ, ਧੱਕੇ ਖਾਂਦਿਆਂ ਨੂੰ ਜੀ, ਪ੍ਰਸ਼ਾਸਨ ਨੂੰ ਵੀ ਬਹੁਤ ਵਾਰੀ ਖਬਰਾਂ ਲਾ ਲਈਆਂ, ਭਵਾਨੀਗੜ੍ਹ ਥਾਣੇ 'ਚ, ਭਲਵਾਨ ਥਾਣੇ 'ਚ, ਨਾਭੇ ਥਾਣੇ 'ਚ ਵੀ ਬਹੁਤ ਜਗ੍ਹਾ ਫਿਰ ਲਿਆ ਜੀ, ਨਾ ਖੰਨੇ ਤੱਕ ਸਾਰਾ ਕੇਸ ਗਿਆ ਜੀ, ਇਹ ਕੋਈ ਸਾਡੀ ਸੁਣੀ ਨਹੀਂ ਗਈ, ਅਤੇ ਜਿਹੜੀ ਇਹਦੀ ਮਾਂ ਹੈ ਅਤੇ ਭਾਈ ਇਹਦਾ ਟੱਬਰ ਸਾਰਾ ਉਹ ਉਹਦੇ ਨਾਲ ਹੈ, ਇਹਦੀ ਘਰ ਵਾਲੀ ਦੇ, ਸਾਰਾ ਕੁਛ ਇਹਦੇ ਵਿਰੁੱਧ ਹੋ ਰਿਹਾ ਸਾਡੇ। ਪੰਚਾਇਤ ਅਸੀਂ ਚਾਹੁੰਦੇ ਹਾਂ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਬੱਚਿਆਂ ਨੂੰ ਇਨਸਾਫ਼ ਮਿਲਣਾ ਚਾਹੇ ਜੀ, ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਉਹਨਾਂ ਵਿਰੁੱਧ। ਘਰ ਦੀ ਹਾਲਤ ਜਾ ਕੇ ਦੇਖ ਲਓ ਜੀ, ਛੋਟੇ ਛੋਟੇ ਬੱਚੇ ਨੇ, ਇਹਦੀ ਮਾਂ ਵੀ ਬਿਮਾਰ ਆ, ਅੱਜ ਕੱਲੇ ਲੈ ਕੇ ਗਏ ਜੀ ਇਹਦੀ ਮਾਂ ਨੂੰ ਹਾਲੇ ਹਸਪਤਾਲ 'ਚੋਂ ਅਸੀਂ, ਸਾਰੀ ਲੱਤ ਗਲੀ ਹੋਈ, ਘਰੇ ਬੱਚੇ ਘਰੇ ਨੇ ਪਿੰਡ, ਨਾ ਘਰੇ ਨੇ ਬੱਚੇ ਸਾਡੇ ਕੋਲ ਰੱਖੇ ਹੋਏ ਨੇ ਜੀ, ਚਾਰ ਕੁੜੀਆਂ ਨੇ ਇੱਕ ਮੁੰਡਾ ਹੈ ਜੀ, ਕੁੜੀ ਦੀ ਵੀ ਪੜ੍ਹਾਈ ਛਡਾਈ ਹੋਈ ਆ, ਉਹ ਵੀ ਰੋਟੀ ਪਾਣੀ ਕਰ ਰਹੀ ਆ ਵਿਚਾਰੀ ਛੋਟੀ, ਅਣਵਿਆਹੇ ਨੇ, ਛੋਟੇ ਛੋਟੇ ਬੱਚੇ ਨੇ ਜੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ, ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ, ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।